ਅਸੀਂ ਆਪਣੇ ਇਸ ਏਰੀਏ ਨੂੰ ਬੜਾ ਬਚਾਇਆ, ਬਰਸਾਂ ਮੈਡੀਸਨ ਨਹੀਂ ਦੇਣਗੇ। ਕੀ ਬਾਤ ਹੈ ਯਾਰ, ਕਬੂਤਰਾਂ ਨਾਲ ਜ਼ੁਲਮ ਹੋਊਗਾ, ਕਬੂਤਰ ਅੱਛੇ ਪੈਦਾ ਕਰੇ। ਹਾਂ ਅਤੇ ਕਬੂਤਰ ਯਾਰ ਤੂੰ ਛੱਡਦਾ ਵਾ ਤਾਂ ਤੂੰ ਸੱਦ ਕੇ ਉਹਨੂੰ ਬਿਠਾਉਣ ਡਿਆ ਸ਼ਾਮ ਨੂੰ, ਫਿਰ ਜਾਣ ਦੀ ਬਾਜ਼ੀ ਉੱਦਾਂ ਹੀ ਲਾਈ ਜਾਂਦਾ। ਉਹ ਤਾਂ ਜ਼ਰੂਰਤ ਕੀ ਹੈ ਤੈਨੂੰ ਮੈਡੀਸਨ ਦੀ? ਕੀ ਇਹਨੂੰ ਦੇਣ ਦੀ ਆ? ਕੀ ਬਾਤ, ਕੀ ਬਾਤ। ਲਓ ਜੀ, ਰਾਤੀ ਫਰੀਜ਼ਰ 'ਚ ਪਾਣੀ ਰੱਖਿਆ, ਸੁਬਾਹ ਲੈ ਕੇ ਉੱਥੇ ਚਲੇ ਗਏ। ਸੁਬਾਹ ਉਹਨੇ ਹੋਰ ਗੋਲੀਆਂ ਦੇ ਟੋਟੇ ਕੱਢੇ, ਦਵਾ ਦਵ ਦੇਖ ਉਹ ਨਲਕੇ ਦੋ ਕੁ ਦਿੱਤੇ ਬਰਫ਼ ਵਾਲੇ ਪਾਣੀ ਦੇ, ਤਾਂ ਦਬਦਾ ਮੋਹਰ ਲਾ ਦਬਦਾ ਵੀ ਆਗ ਛੱਡੋ ਛੱਡਿਆ। ਅਤੇ ਉਹ ਕਬੂਤਰ ਤਾਂ ਹੋਣ ਲੱਗ ਪਿਆ, ਉਹ ਵੀ ਪਰੇ ਪਰੇ ਹੋਣ ਲੱਗ ਪਿਆ। ਉਹ ਸਾਦਾ ਜਿਹੜਾ ਨਾ ਬੌਜ਼ਬਾਨ, ਉਹਦੇ ਵਿੱਚ ਰਲਾ ਲਓ ਇੱਕ ਗ੍ਰਾਮ, ਉਹ ਅਸਲ ਹੈ ਮਰਵਾਰੀ ਖਮੀਰਾ ਬਣ ਗਿਆ। ਬਾਜ਼ਾਰ 'ਚ ਤਾਂ ਪਤਾ ਨਹੀਂ ਜਿਹੜਾ ਲੈਂਦੇ ਇਹਦੇ 'ਚ ਹੈਗਾ ਵੀ ਹੈ। ਹਾਂ ਨਹੀਂ ਹੈ ਬਖਸ਼ੇ, ਟੱਲ ਬੜਾ ਖਿਲਾੜੀ ਸੀ, ਮਿਹਨਤ ਕਰਕੇ ਵਿਚਾਰੇ ਨੇ ਸਾਰੇ ਫਿਰ ਬੱਚੇ ਪਾਲਣੇ, 17-18 ਨਿਆਣੇ, ਕੁਲਫੀਆਂ ਵੇਚਦਾ ਵੀ ਮੈਂ ਦੇਖਿਆ ਪਹਿਲਾਂ। ਮੈਂ ਉੱਥੇ ਜਾਂਦਾ ਸੀ ਨਾ ਜਿੰਦਰਾਕੇ 'ਚ, ਇਸ ਤੋਂ ਵੀ ਜਿਹੜੇ ਬੰਦੇ ਸੀਨੀਅਰ ਸੀ ਮੈਂ ਉਹਨਾਂ ਕੋਲ ਜਾਂਦਾ ਸੀ। ਕਿਆ ਬਾਤ ਹੈ, ਯਕੂਬ ਮਰਾੜ ਫੈਜ਼ ਉੱਥੇ ਹੁੰਦਾ ਸੀ, ਉਹ ਵੀ ਪੱਟੀ ਸੀਗੇ, ਮਰਾੜ ਵੀ ਪੱਟੀ। ਉੱਥੇ ਮੈਂ ਜਾਂਦਾ ਰਹੀ। ਅਸਲ ਗੱਲ ਹਾਂ ਵਾ ਵੀ ਉਹਨੇ ਜਦੋਂ ਕਬੂਤਰ ਉਹਦੇ ਚੰਗੇ ਹੱਥੀਂ ਆ ਗਏ, ਉਹ ਜਿੱਤਣ ਲੱਗ ਪਿਆ। ਇਹ ਗੱਲ ਠੀਕ ਆ, ਇਹ ਗੱਲ ਠੀਕ ਆ। ਕਬੂਤਰ ਸ਼ੇਰੀ ਅਤੇ ਜੈਰੀ ਦੋ ਭਰਾ ਸੀ, ਉਹਨਾਂ ਦੇ ਕਬੂਤਰ ਹੱਥੀਂ ਆ ਗਏ, ਲਾਹੌਰ ਨੂੰ ਦੇ ਗਏ। ਇਹ ਕਬੂਤਰ ਜਿੱਤਣ ਲੱਗ ਪਏ ਆਹਿਸਤਾ ਆਹਿਸਤਾ, ਜਿੰਦਰਾਕੇ ਦੇ ਬੰਦੇ ਚਲਾਕ ਬਹੁਤ ਆ। ਇਹਨਾਂ ਨੂੰ ਕਰਾਚੀਓਂ ਉਰੋਂ ਮੈਡੀਸਨ ਦਾ ਪਤਾ ਲੱਗ ਗਿਆ, ਪਤਾ ਸਾਨੂੰ ਵੀ ਲੱਗ ਗਿਆ ਸੀ। ਅਸੀਂ ਆਪਣੇ ਇਸ ਏਰੀਏ ਨੂੰ ਬੜਾ ਬਚਾਇਆ, ਬਰਸਾਂ ਮੈਡੀਸਨ ਨਹੀਂ ਦੇਣਗੇ। ਕੀ ਬਾਤ ਹੈ ਯਾਰ, ਕਬੂਤਰਾਂ ਨਾਲ ਜ਼ੁਲਮ ਹੋਊਗਾ, ਕਬੂਤਰ ਅੱਛੇ ਪੈਦਾ ਕਰੇ। ਹਾਂ ਇਹ ਕਬੂਤਰ ਯਾਰ ਤੂੰ ਛੱਡਦਾ ਵਾ ਤਾਂ ਤੂੰ ਸੱਦ ਕੇ ਉਹਨੂੰ ਬਿਠਾਉਣ ਡਿਆ ਸ਼ਾਮ ਨੂੰ, ਫਿਰ ਜਾਣ ਦੀ ਬਾਜ਼ੀ ਉੱਦਾਂ ਹੀ ਲਾਈ ਜਾਂਦਾ। ਉਹ ਤਾਂ ਜ਼ਰੂਰਤ ਕੀ ਹੈ ਤੈਨੂੰ ਮੈਡੀਸਨ ਦੀ? ਕੀ ਇਹਨੂੰ ਦੇਣ ਦੀ ਆ? ਕੀ ਬਾਤ, ਕੀ ਬਾਤ। ਉਹ ਬਸ ਅਲੀ ਇਮਰਾਨ ਇਸ ਗੱਲ 'ਤੇ ਸਾਰੀ ਉਮਰ ਜ਼ੋਰ ਰੱਖਿਆ ਵਾ। ਹਾਂਜੀ, ਗੋਲੀਆਂ ਨਾਲ ਫਿਰ ਕਬੂਤਰ ਹੀ ਮਰ ਜਾਂਦਾ, ਆਹ ਬੰਦਾ ਜਿਹੜਾ ਉਹ ਪਰੇ ਬੈਠਾ। ਕਬੂਤਰ ਦਾ 2-3 ਸਾਲ ਜਿੱਤਿਆ, ਫਿਰ ਉਹਨਾਂ ਦੇ ਨਾਲ ਫਿਰ ਕੈਮਰਾ ਮਾਰੋ ਅਜੀਤ ਸਦੀਕ ਸਾਹਿਬ ਨੇ। 2-3 ਸਾਲ ਜਿੱਤਿਆ, ਇਹ ਵਾਲੇ 2-3 ਸਾਲ ਜਿੱਤਿਆ, ਅਤੇ ਮੈਨੂੰ ਕਹਿੰਦਾ ਉਸਤਾਦ ਜੀ 75 'ਚ ਦੜਾ, ਅਤੇ ਗੋਲੀ ਇਹਨੂੰ ਦੇਣੀ ਚਾਹੀਦੀ ਆ। ਅਤੇ ਬੰਦਾ ਇੱਕ ਬੰਦਾ ਆਇਆ ਹੋਇਆ ਸੀਗਾ, ਉਹਨੇ ਕਿਹਾ ਗੋਲੀ ਆ ਦੇ ਲਾ। ਤਿਆਰ ਉਹਨੇ ਐਡੇ ਐਡੇ ਟੋਟੇ ਗੋਲੀਆਂ ਦੇ, ਰਾਤ ਨੂੰ ਉਹਨੂੰ ਰਾਤ ਤਿਆਰ ਕਰਕੇ ਉਹਨੇ ਕਿਹਾ ਜੀ ਸ਼ਾਮ ਨੂੰ ਆਪਣਾ ਰਹਿ ਜਾਣਾ, ਅਤੇ ਇੱਕ ਮੈਂ ਉੱਧਰੋਂ ਕਿਸੇ ਦਾ ਗੁਲਾਮ ਕਾ ਛੱਡਿਆ, ਦੋ ਰਹਿ ਜਾਣਾ ਬਰਾਬਰ ਕਰ ਲਈਏ। ਕੀ ਬਾਤ ਹੈ, ਰਾਤ ਨੂੰ ਬਰਫ਼ ਵਾਲਾ ਪਾਣੀ ਫਰਿੱਜ 'ਚ ਫਰੀਜ਼, ਉਹ ਠੰਡਾ ਜੀ ਜਿਹੜਾ ਘਰ ਜਾ ਕੇ ਮੈਲਟ ਹੋਈ ਬਰਫ਼ ਉੱਥੇ ਤੱਕ 75 ਗੋਲੀਆਂ ਵਾਲੇ, ਉਹ ਪਾਣੀ ਇੱਕ ਟੂਟੀ ਦੋ ਟੂਟੀਆਂ ਨਿਕਲੀਆਂ। ਉਹਨੇ ਦਵਾ ਦਵਾ ਰਾਤੀ ਜਿਹੜਾ ਕਾੜਾ ਉਹਨੇ ਪਕਾ ਕੇ ਦਿੱਤਾ, ਜੇ ਮੱਝ ਨੂੰ ਦੇ ਦੀਏ ਨਾ ਸ਼ੱਕ ਨਹੀਂ, ਜਿਹੜਾ ਟਪਾਉਣ ਲੱਗ ਪਿਆ। ਕਿਆ ਬਾਤ ਹੈ, ਮੁੜ ਕੇ ਭਾਈ ਮੇਰੇ ਫਿਰ ਉਹਨੇ ਉਹਨੂੰ ਦੱਬ ਦੇ ਤੀ। ਜਦੋਂ 10 ਵਜੇ ਰਾਤੀ ਉਹਨੇ ਐਡੇ ਐਡੇ ਟੋਟੇ ਡੈਲਟਾ ਕਾਲਟ ਸੰਤੋਹੀ ਚੀਜ਼ ਹੈ, ਮਾਡਰਨ ਮੌਂਟੀ ਵਾਲੇ ਸਾਰਿਆਂ ਦੇ ਟੋਟੇ, ਥੋੜ੍ਹੀ ਨਹੀਂ ਟੋਟੇ ਦੇ ਕੇ ਉਹਨੇ ਪਾਣੀ ਦਾ ਨਲਕਾ ਉਹਨੂੰ ਭਰ ਕੇ ਦਿੱਤਾ ਰਾਤ ਨੂੰ, ਅਤੇ ਅੰਦਰ ਕਮਰੇ 'ਚ ਤਾੜਤਾ। ਆਪ ਬਾਹਰ ਸੌਂ ਗਿਆ, ਮੈਨੂੰ ਕਹਿੰਦਾ ਉਸਤਾਦ ਜੀ ਤੁਸੀਂ ਮੈਨੂੰ
4 ਵਜੇ ਜਗਾ ਦਿਓ ਬਸ, ਜਾਓ ਤੁਸੀਂ। ਮੈਂ ਕਿਹਾ ਅੱਛਾ ਜੀ, ਮੈਂ ਜੀ ਘਰ ਚਲੇ ਗਿਆ। ਸੁਬਹਾ ਮੈਂ ਨਮਾਜ਼ ਲਈ ਤਾਂ ਉੱਠਦਾ ਹੀ, ਮੈਂ ਉੱਠਿਆ। ਉਹਨੇ ਕਿਹਾ ਜੀ ਉਸਤਾਦ ਜੀ, ਮੈਂ ਤਾਂ, ਮੈਂ ਕਿਹਾ ਵੀ ਉੱਠ ਗਈ। ਉਹਨੇ ਕਿਹਾ ਜੀ ਮੈਂ ਤਾਂ ਸਾਰਾ ਕੁਛ ਸੰਭਾਲ ਕਰਕੇ ਵੀ ਬਈ ਪੈ ਗਿਆ, ਜਾਓ ਤੁਸੀਂ ਨਸੀਤੇ। ਕਿਆ ਬਾਤ ਆ, ਲਓ ਜੀ ਰਾਤੀ ਫਰੀਜ਼ਰ 'ਚ ਪਾਣੀ ਰੱਖਿਆ, ਸੁਬਹਾ ਲੈ ਕੇ ਉੱਥੇ ਚਲੇ ਗਏ। ਸੁਬਹਾ ਉਹਨੇ ਹੋਰ ਗੋਲੀਆਂ ਦੇ ਟੋਟੇ ਕੱਢੇ, ਦਵਾ ਦਵ ਦੇਖ ਉਹ ਨਲਕੇ ਦੋ ਕੁ ਦਿੱਤੇ ਬਰਫ਼ ਵਾਲੇ ਪਾਣੀ ਦੇ, ਤਾਂ ਦਬਦਾ ਮੋਹਰ ਲਾ, ਦਬਦਾ ਵੀ ਆਗ ਛੱਡੋ, ਛੱਡਿਆ ਅਤੇ ਉਹ ਕਬੂਤਰ ਤਾਂ ਹੋਣ ਲੱਗ ਪਿਆ, ਉਹ ਵੀ ਪਰੇ ਪਰੇ ਹੋਣ ਲੱਗ ਪਿਆ। ਅਤੇ ਧੁੱਪ ਨਿਕਲਦੀ ਨਾ, ਜਿੱਧਰ ਧੁੱਪ ਉੱਥੇ ਜਾਣਾ ਸ਼ੁਰੂ ਹੋ ਗਿਆ। ਅਤੇ ਦੇਖ ਕੇ ਉਹਨੇ ਕਿਹਾ ਉਸਤਾਦ ਜੀ ਬਰਾਬਰ ਕਰ ਲਿਓ, ਦੋਵੇਂ ਰਹਿ ਜਾਣ। ਦੁਪਹਿਰੇ 12 ਕੁ ਵਜੇ ਨਾ ਜੀ, ਬਹੁਤ ਸ਼ਦੀਦ ਗਰਮੀ ਹੋਵੇ, 12 ਕੁ ਵਜੇ ਇਹਨਾਂ ਨੇ ਦੇਖ, ਕਹਿੰਦੇ ਜੀ ਕਬੂਤਰ ਉੱਤੋਂ ਆ ਰਿਹਾ, ਇਹ ਵੀ ਚੁਕੰਨੇ ਹੋਏ ਵੀ ਉਹ ਕਬੂਤਰ ਕਿਸੇ ਦਾ ਆ ਰਿਹਾ ਜੀ। ਉੱਤੋਂ ਖੜਬਾਜੀਆਂ ਚੌਕ ਚਾ ਕੇ ਲਾਉਂਦਾ ਆ, ਜਦੋਂ ਡਿੱਗਿਆ ਇਹ ਕਹਿੰਦਾ ਤਾਂ ਆਪਣਾ ਹੀ ਆ, ਐਡਾ ਜ਼ੁਲਮ ਕੀਤਾ। ਚੀਕ ਨਿਕਲੀ ਇਹਦੀ, ਪਿਓ ਪੁੱਤ ਦੀ, ਇਹਦਾ ਪੁੱਤ ਵੀ ਨਾਲ ਗਿਆ। ਉਹਨੇ ਕਿਹਾ ਅੱਬਾ, ਉੱਥੇ ਰੋਂਦੇ ਰਹੇ ਪਿਓ ਪੁੱਤ ਕਈ, ਬੜਾ ਪਿਆਰ ਬੜਾ ਸੀ ਉਸ ਕਬੂਤਰ ਨਾਲ ਇਹਨਾਂ ਦਾ, ਕਾਲ ਦੁੰਬਾ ਕਬੂਤਰ ਸੀ, ਕਈ ਸਾਲ ਜਿੱਤਿਆ ਸੀ ਕਬੂਤਰ। ਅਤੇ ਉਹ ਮਰਾ ਕੇ ਮੁੜ ਕੇ ਬੈਠਾ ਹੀ, ਪੱਥਾ ਬਣਾਇਆ ਹੀ, ਜਿਹੜੀ ਵੱਟ ਮਰਜ਼ੀ ਆ। ਕਿਆ ਬਾਤ, ਐਡਾ ਅਕਲਮੰਦ ਸੀ ਵੀ ਜ਼ੀਰੋ ਚ ਚਲਾ ਜਾਣਾ ਉਹਨੇ, ਵੀ ਉੱਤੇ ਠੰਡਕ ਆ, ਥੱਲੇ ਗਰਮੈਸ਼ ਆ, ਉਹਦੇ ਚੱਕਲ ਹੀ ਨਹੀਂ ਸੀ। ਫੋਨ ਕੀਤਾ ਵੀ ਕਿੱਦਾਂ ਕਬੂਤਰ, 1:30 ਦਾ ਟਾਈਮ ਹੋਵੇ। ਉਹ ਅਹਿਮਦ ਵੀ ਮੈਨੂੰ ਪੁੱਛਿਆ, ਅਹਿਮਦ ਪੜ੍ਹਦਾ ਸੀ ਉਹ ਤੇਰੀ ਨਿਗਾਹ ਨਹੀਂ, ਅਹਿਮਦ ਕਹਿੰਦਾ ਅੱਬਾ ਇਹ ਥੱਲੇ ਕਿਉਂ ਨਹੀਂ ਆਉਂਦਾ, ਇਕੱਲਾ ਹੀ ਖੜਦਾ। ਮੈਂ ਕਿਹਾ ਥੱਲੇ ਕਬੂਤਰ ਨਹੀਂ ਆਉਂਦਾ, ਤੈਨੂੰ ਸਿੱਧਣੀ ਅੱਗ ਵਾਰਨ ਲਈ ਆ, ਦੇਖਣ ਚੱਲਾਂ। ਕਿਆ ਬਾਤ, ਕਹਿੰਦਾ 12 ਵਜੇ ਇੱਥੇ ਸ਼ਹਿਰ ਪੂਰ ਦੇ ਵਿੱਚ ਕਬੂਤਰ ਲਿਟ ਗਏ ਆ, ਤੇ ਤੂੰ ਕਹਿੰਦਾ ਮੇਰਾ ਕਬੂਤਰ ਫਿਰਦਾ। ਮੈਂ ਕਿਹਾ ਉਸਤਾਦ ਜੀ ਕਸਮ ਵਾਲੀ ਗੱਲ ਆ, 1:45 ਦਾ ਟਾਈਮ ਹੋ ਗਿਆ, ਕਬੂਤਰ ਅਧਿਕਾਰ ਤੋਂ ਉੱਤੇ ਫਿਰਦਾ। ਮਿਸਾਲ ਹੋਣਾ ਅੱਜ, ਮਿਸਾਲ ਆ ਦੁਨੀਆ ਤੇ। ਹੁਣ ਵੀ ਤੁਸੀਂ ਕਿਸੇ ਦਿਨ ਟਾਈਮ ਕੱਢਣਾ ਵਾ, ਕੱਢਾਂਗੇ ਜੀ ਬਿਲਕੁਲ। 39 ਚ ਉਸੇ ਕਬੂਤਰ ਦਾ ਭਰਾ ਉਹ ਟਿਕੇ ਰਹੇ, ਇਹਨੇ ਤਾਂ ਮਰਵਾ ਲਿਆ। ਉਸੇ ਦਾ ਭਰਾ 39 ਚੱਕ ਚ ਇਹਦਾ ਸਸੁਰਾਲ ਆ, ਅਬਾਸ ਆ ਮੁੰਡੇ ਦਾ ਨਾਂ। ਉੱਥੇ ਕਬੂਤਰ ਦਿੱਤਾ ਬਿੱਲਾ, ਉਸ ਕਬੂਤਰ ਦਾ ਨਾਂ ਵਾ। 5 ਸਾਲ ਜੀ 40-40 ਕਬੂਤਰ ਉੱਡੇ, ਟੱਲ ਨੇ ਵੀ ਆ ਕੇ ਛੱਡੇ, 86 ਵਾਲਿਆਂ ਨੇ ਵੀ ਆ ਕੇ ਛੱਡੇ, ਮੀਆਂ ਚੰਨੂ ਦੇ ਵੀ। ਉਹ ਕਬੂਤਰ ਜੀ ਵੇਰ ਕੇ ਜਿੱਤ ਜਾਂਦਾ ਦੀ ਹੈ ਫਿਰ ਕੇ। ਕਿਆ ਬਾਤ, 5 ਸਾਲ ਇੱਕ ਦੜੇ, ਅਖੀਰ ਕਈ ਦਿਨ ਬੰਦ ਹੋ, ਕਈ ਦਿਨ ਬੰਦ ਹੋ ਗਿਆ। ਅਤੇ ਕਹਿੰਦਾ ਮੈਂ ਨਹੀਂ ਇਹਦਾ ਸਹੁਰਾ, ਕਹਿੰਦਾ ਛੱਡਾਂ ਮੈਂ। ਅਤੇ ਉਹ ਕਹਿੰਦੇ ਤੂੰ ਕਹਿ ਬਾਬੇ ਨੂੰ, ਇਹਨੇ ਕਿਹਾ ਮਾਮਾ ਯਾਰ ਤੂੰ ਛੱਡ ਕਬੂਤਰ ਨੂੰ। ਉਹ ਬੰਦ ਸੀ ਕਈ ਦਿਨ ਦਾ, 3 ਦਿਨ ਸੈਖੜ ਛੱਡਿਆ, ਬੰਦੀ ਦੇ ਕੇ ਗੇੜੇ ਪਵਾ ਕੇ ਬਾਜੀ ਛੱਡ ਲਿਆ। 5 ਵਜੇ ਉਸ ਦਿਨ ਵੀ ਜਿੱਤ ਗਿਆ, ਫਿਰ ਸ਼ਹਿਰੋਂ ਕਿੱਟੂ ਨੂੰ ਭੇਜਿਆ, ਸ਼ੇਖ ਨੇ ਦੇਖ ਗਿਆ ਕਬੂਤਰ 5 ਵਜੇ ਬੈਠਾ ਇੱਦਾਂ, ਪਤਾ ਨਹੀਂ ਚੱਲਿਆ। ਅੱਛਾ ਜੀ, ਬੜੀ ਸੋਹਣੀ ਗੱਲ ਇੱਕ ਪੱਟੀ ਸਾਹਿਬ ਮੈਨੂੰ ਅੱਜ ਨਾ, ਮੈਂ ਬੜੇ ਇੰਟਰਵਿਊ ਕੀਤੇ ਯਾਰ, ਇਹ ਜਿਹੜੀ ਗੱਲ ਨਿਕਲੀ ਨਾ ਵੀ ਕਬੂਤਰ ਦਾ ਖੁਦ ਦਾ ਸਿਆਣਾ ਹੋਣਾ ਯਾਰ, ਵੀ ਉਹਨੂੰ ਜਿਵੇਂ ਮੈਂ ਛੱਡ ਦੇਣਾ, ਉਹਨੇ ਗਰਮੀ ਵੇਖਣੀ ਯਾਰ, ਗਰਮੀ ਆ ਵੀ ਇੱਥੇ ਮੈਂ, ਜਿਵੇਂ ਕਿ ਇਨਸਾਨ ਨੂੰ ਪਤਾ ਯਾਰ ਗਰਮੀ ਆ, ਕਿਉਂ ਨਾ ਮੈਂ ਏਸੀ ਵਾਲੇ ਕਮਰੇ 'ਚ ਵੜਾਂ, ਕਿਉਂ ਨਾ ਮੈਂ ਛਾਂ ਥੱਲੇ ਜਾਵਾਂ। ਸੇਮ ਲਾਈਕ ਦੈਟ, ਉਹਨੂੰ ਪਤਾ ਸੀ ਮੈਂ ਅੱਜ ਬਾਜ਼ੀ ਛੁੱਟਿਆ ਹੋਇਆ, ਮੇਰੇ ਮਾਲਕ ਨੇ ਮੈਨੂੰ ਛੱਡਿਆ, ਮੈਂ ਅੱਜ ਉੱਡ ਕੇ ਵਹਾਉਣਾ, ਮੈਂ ਉੱਤੇ ਜਾਵਾਂ, ਉੱਤੇ ਸਕੂਨ ਆ।
ਕੀ ਬਾਤ ਆ ਯਾਰ, ਹੁਣ ਉਹਦੀ ਸ਼ੁੱਧ ਬੁੱਧ ਮੈਡੀਸਨ ਦੇ ਕੇ ਉਹਦੀ ਖਤਮ ਕੀਤਾ ਜਾਂਦੀ ਹੈ, ਸਟੀਰਾਇਡ ਦੇ ਕੇ ਨਾ ਉਹਨੂੰ ਹੋਸ਼ ਨਹੀਂ ਰਹਿ ਜਾਂਦਾ। ਸਹੀ ਗੱਲ, ਬੰਦਾ ਖਵਾਲਵੇ ਨਹੀਂ ਤਿੰਨ ਤਿੰਨ ਦਿਨ ਉੱਠਦਾ ਜੀ। ਇਹ ਗੱਲ ਠੀਕ ਆ। ਅੱਛਾ ਸਰ, ਕੁਸ਼ਤੀਆਂ ਦੇ ਵੀ ਇਸਤੇਮਾਲ ਕਬੂਤਰਬਾਜ਼ੀ 'ਚ ਕੀਤਾ ਜਾਂਦਾ, ਅਤੇ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਆਹ ਕੁਸ਼ਤਾ ਮਰਵਾਰੀਦ, ਸ਼ਿੰਗਰਫ, ਬਾਰਾਂ ਸਿੰਘਾਂ, ਜਵਾਰ ਮੋਰਾ, ਇੱਧਰ ਜਿਹੜਾ ਮਰਵਾਰੀਦ ਨਹੀਂ ਬਿਹਤਰ? ਹਾਂਜੀ, ਕਿਉਂ ਤੁਸੀਂ ਹਮਦਰਦ ਦਾ ਲਓਗੇ, ਤਜ਼ਾਬਾਂ 'ਚ ਬਣੇ ਹੋਏ। ਸਹੀ ਸਹੀ, ਤੁਸੀਂ ਆਪ ਤਿਆਰ ਕਰੋ ਨਾ। ਹਾਂ, ਅਤੇ ਦੁਨੀਆਂ 'ਚ ਇਹਦਾ ਜੋੜ ਕੋਈ ਨਹੀਂ। ਗੁਲਾਬਦਾਰ ਕੇ ਖੁਦ ਮਾਰੋ ਬਣਾਓ। ਮੈਂ ਇਹਨੂੰ ਬਾਬੇ ਤੋਂ ਕਈ ਵਾਰੀ ਸ਼ੁਰੂ ਸਟਾਰਟ ਮੈਂ ਕਰਾਇਆ ਸੀ, ਬਣਵਾਉਣਾ ਸ਼ੁਰੂ ਕਰਾਇਆ। ਕੀ ਬਾਤ ਜਹਾਜ਼ ਤੋਂ? ਹਾਂ ਠੀਕ ਆ ਜੀ। ਅਤੇ ਇਹ ਪਹਿਲੀ ਵਾਰੀ ਮੈਂ ਇਹਨੂੰ ਦੱਸਿਆ ਤਾਂ ਬਣਵਾਇਆ। ਕੀ ਬਾਤ, ਇਹ ਫਿਰ ਫੁੱਲ ਕਿੱਡਾ ਹੋ ਜਾਂਦਾ। ਉਹ ਤੁਸੀਂ ਅਗਰ ਘਰ ਦੇ ਵਿੱਚ ਕਿਸੇ ਦੀ ਕੰਪੀਟੀਸ਼ਨ ਦਿਲ ਦੀ ਵੱਧ ਗਈ, ਜਾਂ ਤੁਸੀਂ ਇੱਕ ਸਾਦਾ ਜਿਹੜਾ ਨਾ ਗੌਜ਼ਬਾਨ, ਉਹਦੇ ਵਿੱਚ ਰਲਾ ਲਓ 1 ਗ੍ਰਾਮ, ਉਹ ਅਸਲ ਹੈ ਮਰਵਾਰੀ ਖਮੀਰਾ ਬਣ। ਬਾਜ਼ਾਰ 'ਚ ਤਾਂ ਪਤਾ ਨਹੀਂ ਜਿਹੜਾ ਲੈਂਦੇ ਇਹਦੇ 'ਚ ਹੈਗਾ ਵੀ ਆ ਨਹੀਂ ਹੈਗਾ ਵੀ ਆ ਕਿ ਨਹੀਂ। ਬਿਲਕੁਲ ਸਹੀ ਗੱਲ ਹੈ। ਆਪ 1 ਮਹੀਨਾ ਲਾਓ, ਰਿਤੂ ਐਂਡ ਸੰਜ ਦੀ ਬੋਤਲ ਰਗੜਾਈ ਕਰੋ। ਹਾਂਜੀ, ਆਹ ਬੰਦੇ ਹੁਣ ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਉਸਤਾਦ ਹੋਣਾ ਬੜੀ ਅੱਛੀ। ਮੈਂ ਤਾਂ ਬਈ ਇੰਜੋਏ ਕਰ ਰਿਹਾ ਸੀ, ਮੈਨੂੰ ਤਾਂ ਮੈਂ ਤਾਂ ਥਕਾਵਟ ਕੋਈ ਨਹੀਂ ਮਹਿਸੂਸ ਕਰ ਰਿਹਾ, ਕਿਉਂਕਿ ਮੈਂ ਇੰਜੋਏ ਕੀਤਾ ਜੀ। ਮਿਹਰਬਾਨੀ, ਸਿੱਧੀ ਗੱਲ ਆ ਜੀ, ਮੈਂ ਤਾਂ ਇੰਜੋਏ ਕਰ ਰਿਹਾ ਉਸਤਾਦ ਹੋਣਾ ਨੂੰ, ਬਾਕੀ ਤਾਂ ਮੈਨੂੰ ਨਹੀਂ ਪਤਾ ਇੰਜੋਏ ਕਰ ਰਹੇ ਕਿ ਨਹੀਂ ਕਰ ਰਹੇ। ਮੈਂ ਗੱਲਾਂ ਨੂੰ ਪੂਰਾ ਇੰਜੋਏ ਕੀਤਾ ਜੀ, ਅਤੇ ਕੋਈ ਜਿਹੜੀਆਂ ਗੱਲਾਂ ਤੁਸੀਂ ਦੱਸੀਆਂ ਵਾ, ਇਹਦੇ 'ਚੋਂ ਜਿਹੜੀਆਂ ਚੀਜ਼ਾਂ ਅਖਜ਼ ਹੁੰਦੀਆਂ ਨਾ, ਉਹ ਬੜੀ ਸਿੱਖਣ ਦੀਆਂ ਚੀਜ਼ਾਂ ਵਾ। ਸਿੱਖਣ ਵਾਲਾ ਬੰਦਾ ਸਿੱਖਦਾ। ਹਾਂਜੀ, ਬੜੀ ਸਿੱਖਣ ਦੀ ਗੱਲਾਂ ਵਾ। ਇਹਨਾਂ ਕੋਲ ਲਾਲੇ ਕੋਲ ਆਇਆ, ਲਾਲਾ ਉਹਦਾ ਬੜਾ ਕਦਰਦਾਨ ਸੀ, ਅਤੇ ਲਾਲੇ ਕੋਲ ਆਇਆ ਵੀ ਮੈਂ ਛੱਡੂੰਗਾ। ਅਤੇ ਬਾਬੇ ਇਕਬਾਲ ਟਲ ਦੇ ਬਾਰੇ ਗੱਲ ਹੋ ਰਹੀ ਹੈ ਜੀ, ਮੈਂ ਛੱਡੂੰਗਾ। ਉਹਨੇ ਕਿਹਾ ਯਾਰ ਉਸਤਾਦ, ਅਸੀਂ ਆਪ ਹੀ ਉਡਾਉਂਦੇ, ਮਿਹਰਬਾਨੀ ਕਰੋ। ਅਸੀਂ ਮੈਡੀਸਨ ਦੇ ਪਿੱਛੇ ਜਦੋਂ ਚੜ੍ਹੇ ਆ ਨਾ ਜੀ, ਫੌਤ ਹੋ ਗਈ ਉਹਨਾਂ ਦੀ, ਫਿਰ ਉਹਦੇ ਕੋਲ ਸਿਰਫ ਉਹ ਕਬੂਤਰ, ਉਹਨੇ ਉਹ ਗਵਾ ਲਿਆ, ਮੈਡੀਸਨ ਹੀ ਰੱਖ ਲਈ। ਫਿਰ ਉਹ ਇੱਥੋਂ ਚਲੇ ਗਿਆ, ਕਿਰਾਇਆ ਲਾਲੇ ਨੇ ਦਿੱਤਾ, ਅਤੇ ਉਹ ਚਲੇ ਗਿਆ ਸ਼ਹਿਰ ਫਰੀਦ। ਕਿਆ ਬਾਤ, ਉੱਥੇ ਅਖਤਰ ਖਾਂ ਉਹਨਾਂ ਨੂੰ ਤਰਲੇ ਕਰਦਾ ਰਿਹਾ, ਕਿਸੇ ਨੇ ਨਹੀਂ ਯਾਰ ਉਹਨੂੰ ਮੌਕਾ ਦਿੱਤਾ। ਮਾਂਗੀ ਗੱਲ ਆ, ਉਹ ਕਹਿੰਦਾ ਮੁਖਤਾ ਹੀ ਅਡਵਾ ਲਓ, ਬੜੀ ਗੱਲ, ਕਦੀ ਉਹਨੂੰ ਖਿਤਾਬ ਦੇਣੇ ਜੀ ਕਦੀਰ, ਜੋ ਡਾਕਟਰ ਕਦੀਰ ਨਾਲ ਕੀਤੀ ਉਹੀ ਉਹਨਾਂ ਨਾਲ ਕੀਤੀ। ਮਤਲਬ ਕਿ ਚੜ੍ਹਦੇ ਸੂਰੇ ਨੂੰ ਸਲਾਮ ਸੀ ਜੀ, ਉਹ ਵੀ ਚੜ੍ਹਿਆ ਤਾਂ ਗਰੂਬ ਹੋ ਗਿਆ। ਬਸ ਜਵਾਲ, ਹਾਂਜੀ ਗੱਲ ਸੁਣੋ, ਕਮਾਲ ਨੂੰ ਜਵਾਲ ਆ। ਅੱਛਾ ਉਸਤਾਦ ਜੀ, ਕੋਈ ਤੁਸੀਂ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਸਾਡੇ ਕਬੂਤਰਬਾਜ਼ ਭਰਾਵਾਂ ਵਾਸਤੇ, ਕੋਈ ਆਪਣਾ ਦਿਲੀ ਮੈਸੇਜ ਦੇਣਾ ਚਾਹੁੰਦੇ ਹੋ ਕਬੂਤਰਬਾਜ਼ੀ ਮਤਲਬ? ਮੁਹੱਬਤ ਫਾਤਿਹ ਆਲਮ, ਮੁਹੱਬਤ ਨਾਲ ਦਿਲ ਜਿੱਤੇ ਜਾਂਦੇ ਆ ਦੋਸਤੋ, ਨਫ਼ਰਤ ਨਹੀਂ। ਖੇਲ ਤੁਸੀਂ ਜਿਸ ਤਰ੍ਹਾਂ ਅੱਜ ਕੱਲ੍ਹ ਜੋ ਮਾਹੌਲ ਇਹਨਾਂ ਨੇ ਕਰਤਾ, ਨੌਜਵਾਨ ਨਸਲ ਕੀ ਸਿੱਖੂਗੀ ਤੁਹਾਡੇ ਤੋਂ? ਸਹੀ ਗੱਲ ਜੀ। ਬਿਹਤਰ ਇਹ ਆ ਵੀ ਤੁਸੀਂ ਬਹਿ ਕੇ ਆਪਸ 'ਚ ਇਹੀ ਸ਼ੌਕ ਕਰਨਾ, ਕੋਈ ਜਿੱਤ ਗਿਆ ਕੋਈ ਹਾਰ ਗਿਆ, ਲੇਕਿਨ ਬਹਿ ਕੇ ਅਖਲਾਕੀ ਕਦਰਾਂ ਨਾ ਹੱਥੋਂ ਗਵਾਓ ਤੁਸੀਂ। ਕਿਆ ਬਾਤ, ਕਿਆ ਬਾਤ ਜੀ, ਬਹੁਤ ਅੱਛਾ ਮੈਸੇਜ ਆ ਜੀ, ਬਹੁਤ ਅੱਛਾ ਮੈਸੇਜ ਤਾਂ ਜੀ ਤੁਹਾਡੀ ਤਰਫੋਂ। ਮੁਹੱਬਤ ਪਿਆਰ ਨਾਲ ਬਹਿ ਕੇ ਸ਼ੌਕ ਕਰੋ, ਇੱਕ ਦੂਜੇ ਦੀ ਇੱਜ਼ਤ ਕਰੋ, ਇੱਜ਼ਤ ਦਿਓ ਅਤੇ ਇੱਜ਼ਤ ਲਵੋ, ਬਸ। ਹਾਂਜੀ, ਲਓ ਜੀ, ਮਾਸ਼ਾਅੱਲਾ ਉਸਤਾਦ ਹੋਰਾਂ ਨਾਲ ਬੜੀ ਸੋਹਣੀ ਗੱਪਸ਼ੱਪ ਹੋਈ, ਬੜਾ ਇੰਜੋਏ ਕੀਤਾ, ਮੈਂ ਤਾਂ ਬਹੁਤ ਦੇਰ ਤੋਂ ਬਾਅਦ ਇੰਜੋਏ ਕੀਤਾ, ਮੈਨੂੰ ਤਾਂ ਛੁੱਟੀਆਂ ਨੇ ਦਫ਼ਤਰੋਂ, ਅਤੇ ਅੱਜ ਮੈਂ ਮਤਲਬ ਕਿ ਛੁੱਟੀ ਵੀ ਇੰਜੋਏ ਕੀਤੀ ਆ, ਅਤੇ ਉਸਤਾਦ ਹੋਰਾਂ ਦਾ ਗੱਲਾਂ ਵੀ ਇੰਜੋਏ ਕੀਤੀਆਂ, ਅਤੇ ਉਮੀਦ ਕਰਾਂਗਾ ਕਿ ਤੁਸੀਂ ਵੀ ਇੰਜੋਏ ਕਰੋਗੇ। ਹੁਣ ਅਸੀਂ ਤੁਹਾਨੂੰ ਕਬੂਤਰਾਂ ਦੀ ਜਿਹੜੀ ਗੱਲ ਸੀਗੀ, ਵਾਅਦਾ ਕੀਤਾ ਸੀ ਵੀ ਕਬੂਤਰ ਅਗਰ ਹੈ ਤਾਂ ਵਿਖਾਓ, ਅਤੇ ਉਹ ਮਾਸ਼ਾਅੱਲਾ ਕਬੂਤਰ ਵਿਖਾ ਰਹੇ। ਬੇਟਾ ਇਹਨੂੰ ਖੋਲ੍ਹ ਕੇ ਮੋਬਾਈਲ ਨੂੰ ਨੇੜੇ ਲਿਆ, ਉੱਤੋਂ ਖੋਲ੍ਹ ਕੇ ਲਿਆ ਮੋਬਾਈਲ 'ਚ, ਪਿੱਛੇ ਕਰੋ ਦੇਖੋ ਜੀ, ਜਿਵੇਂ ਇਹ 50 ਸਾਲ ਪਹਿਲਾਂ ਸੀ ਆਉਂਦੇ।
ਕਿਆ ਬਾਤ ਆ, ਆਪੇ ਤੂੰ ਹੀ ਦੇਖ ਲੈਂਦਾ ਮੇਰੇ ਕਹਿਣ ਤੇ। ਜੀ ਮੈਨੂੰ ਤਾਂ ਦਿਖਾਓ ਜੀ ਜ਼ਰਾ ਪਹਿਲਾਂ। ਮਾਸ਼ਾ ਨਹੀਂ ਜੀ, ਕਬੂਤਰਾਂ ਇੱਥੋਂ ਕਰਕੇ ਨਾ ਨਜ਼ਦੀਕ ਕਰਕੇ ਕਬੂਤਰ ਵਿਖਾ ਦੋਸਤਾਂ ਨੂੰ। ਪੁੱਤ ਸੀਗਾ ਉਹ ਜਿਹੜਾ ਇੰਤਜ਼ਾਰ ਕਰਨ, ਰਾਤ ਦੇ 9 ਵਜ ਗਏ ਕਬੂਤਰ ਨੂੰ, 400 ਕਬੂਤਰ ਨਹੀਂ ਬੈਠਾ ਤਾਂ ਕਬੂਤਰ ਆ ਵੀ ਉੱਥੇ ਹੀ ਸਫਲ, ਇਹਨੇ ਵੀ ਆਪਣਾ ਕਬੂਤਰ, ਇਹਦਾ ਆਖਰ ਤੇ ਇਹਦਾ ਬੈਠਾ ਸੀ 7:30 ਉਦੋਂ ਵੀ ਕਬੂਤਰ ਉੱਥੇ, ਜਦੋਂ ਚਿੜੀ ਦਾ ਬੱਚਾ ਵੀ ਨਾ ਰਿਹਾ ਨਾ ਉਦੋਂ ਆਇਆ ਉੱਥੇ। ਫਿਰ ਪੰਜੇ ਚੈੱਕ ਕਰੋ ਜੀ, ਕਿਆ ਬਾਤ ਆ ਯਾਰ, ਬੈਲੈਂਸ ਚੈੱਕ ਕਰੋ ਮਾਸ਼ਾਅੱਲਾ। ਹਾਂ ਫਰੰਟ ਦੇਖੋ, ਇਹਦੀ ਬੈਕ ਦੇ, ਕਿਆ ਬਾਤ, ਇਹ ਐਵੇਂ ਦਾ ਕਬੂਤਰ ਬਣਾਓ ਦੋਸਤੋ, ਐਵੇਂ ਦਾ ਕਬੂਤਰ ਹੋਣੇ ਚਾਹੀਦੇ ਆ, ਔਰ ਖੂਬਸੂਰਤੀ ਪੂਰੀ ਹੋਣੀ ਚਾਹੀਦੀ ਆ। ਕਬੂਤਰ ਦਾ ਪੱਲਾ ਚੈੱਕ ਕਰੋ ਮਾਸ਼ਾਅੱਲਾ, ਅੱਖ ਐਵਰੀਥਿੰਗ ਮਾਸ਼ਾਅੱਲਾ ਬਹੁਤ ਪਿਆਰਾ ਜੀ। ਐਵੇਂ ਦਾ ਕਬੂਤਰ ਬਣਾਓ ਯਾਰ, ਐਵੇਂ ਦੇ ਬੈਲੈਂਸ ਦੇ ਕਬੂਤਰ ਉੱਡਦੇ ਆ ਮਾਸ਼ਾਅੱਲਾ। ਕਿਆ ਬਾਤ ਆ ਜੀ ਬਾਬੂ ਜੀ, ਚਲੋ ਜੀ ਆਹ ਨੈਕਸਟ ਕਬੂਤਰ ਚੈੱਕ ਕਰੋ ਜੀ, ਇਹਦਾ ਵੀ ਸਨੱਪ ਚੈੱਕ ਕਰੋ, ਥੋੜ੍ਹਾ ਨੇੜੇ ਕਰ ਯਾਰ, ਇੱਥੇ ਕਰਕੇ ਕਰਨਾ, ਐਵੇਂ ਕਰਕੇ ਫੋਕਸ ਕਰ, ਕਬੂਤਰ ਦਾ ਫੋਕਸ ਕਰ ਯਾਰ। ਇੱਥੇ ਇਹ ਚੀਜ਼, ਕਿਆ ਬਾਤ ਆ ਮਾਸ਼ਾਅੱਲਾ, ਹਾਂ ਚਲੋ ਜੀ ਵਿਖਾਓ ਜੀ, ਬੈਲੈਂਸ ਚੈੱਕ ਕਰੋ ਮਾਸ਼ਾਅੱਲਾ ਕਬੂਤਰ ਦਾ, ਫਰੰਟ ਬੈਕ ਜਿਵੇਂ ਇੱਕ ਕਬੂਤਰ ਦਾ ਹੋਣਾ ਚਾਹੀਦਾ ਉਵੇਂ ਆ ਪੰਜੇ, ਮਾਸ਼ਾਅੱਲਾ ਕਿੱਡੇ ਖੂਬਸੂਰਤ ਆ, ਕਿਆ ਬਾਤ ਆ ਜੀ, ਬਸ ਮਾਸ਼ਾਅੱਲਾ ਬਹੁਤ ਪਿਆਰੇ ਜੀ, ਬਹੁਤ ਖੂਬਸੂਰਤ। ਕਿਆ ਬਾਤ, ਕਿਆ ਬਾਤ, ਕਿਆ ਬਾਤ, ਹੈਲੋ ਜੀ, ਮਤਲਬ ਕਬੂਤਰ ਵੇਖ, ਜੀ ਮਿਹਰਬਾਨੀ ਹੈ ਜੀ ਭੱਟੀ ਸਾਹਿਬ ਦੇ ਵੀ, ਕਬੂਤਰਾਂ ਦਾ ਸ਼ੌਕ ਕਰਾ ਰਹੇ ਸਾਨੂੰ, ਨਹੀਂ ਆਪ ਪਰਿੰਦਿਆਂ ਦਾ ਸ਼ੌਕ ਮਾਸ਼ਾਅੱਲਾ ਕਰੋ ਜੀ। ਇਹ ਉਹ ਕਬੂਤਰ ਹੈ ਜਿਹੜੇ ਓਹਲਿਆਂ ਦੀ ਪਛਾਣ ਕਰਦੇ ਨੇ, ਵੇਖੋ ਪੰਜੇ ਵੇਖੋ ਮਾਸ਼ਾਅੱਲਾ ਕਿੱਡੇ ਖੂਬਸੂਰਤ ਪੰਜੇ ਕਬੂਤਰਾਂ ਦੇ। ਮੇਰੇ ਖਿਆਲ ਭੱਟੀ ਸਾਹਿਬ ਵੀ ਪਹਿਲੀ ਵਾਰੀ ਹੀ ਸ਼ੌਕ ਹੋ ਰਿਹਾ ਕਿਸੇ ਇਹ ਅਲੀ ਬਰਾਲ ਪਿਜਨ ਵੀ ਲੋਕ ਦੇ
ਚੈਨਲ 'ਤੇ ਕਬੂਤਰ ਵਿਖਾਏ ਜਾ ਰਹੇ, ਪਹਿਲੇ ਨਹੀਂ ਵਿਖਾਏ ਗਏ। ਪਿਓਰ ਜੀ 100% ਬੈਕ ਕਰ ਰਹੇ। ਕਿਆ ਬਾਤ, ਕਿਆ ਬਾਤ, ਹਾਂ ਇਹਨਾਂ ਕਬੂਤਰਾਂ ਨਹੀਂ ਉੱਡਣਾ ਜੀ, ਇਹਨਾਂ ਨਹੀਂ ਉੱਡਣਾ ਜੀ। ਲਿਆਓ ਜੀ ਭੱਟ ਸਾਹਿਬ। ਕਿਆ ਬਾਤ ਹੈ, ਇੱਥੇ ਕਿਆ ਬਾਤ ਇੱਥੇ ਐਸੇ ਕਰਕੇ ਮੈਂ ਥੋੜ੍ਹਾ ਉੱਤੇ ਥੱਲੇ ਕਰਕੇ ਚੈੱਕ ਕਰ ਲਿਆ। ਜੀ ਜੀ ਅੱਜ ਤਾਂ ਟਾਈਮ ਲੱਗ ਗਿਆ ਨਾ। ਹਾਂਜੀ ਹਾਂਜੀ ਹਾਂਜੀ, ਕਿਆ ਬਾਤ, ਬਹੁਤ ਪਿਆਰੇ ਜੀ ਮਾਸ਼ਾ। ਲਿਆਓ ਜੀ, ਕਿਆ ਬਾਤ, ਉਹ ਦਿਖਾਓ ਜੀ। ਤੁਸੀਂ ਕਰਾਉਂਦੇ ਜੀ ਚੈੱਕ? ਬਿਲਕੁਲ ਜੀ, ਇਹ ਸਾਡੇ ਚੜ੍ਹਦੇ ਪੰਜਾਬ ਦੇ ਜਿਹੜੇ ਵੀਰ ਆ ਨਾ ਜੀ, ਵੇਖੋ ਕਬੂਤਰ, ਇਹ ਇਹ ਜਿਹੜੇ ਤੁਹਾਡੇ ਕਬੂਤਰ ਆ ਨਾ ਜੀ, ਉਹਨਾਂ ਨਾਲ ਰਲਦੇ ਮਿਲਦੇ ਕਬੂਤਰ ਨੇ, ਉਹਲੇ ਦੀ ਪਛਾਣ ਕਰਦੇ ਨੇ, ਜ਼ਾਇਆ ਨਹੀਂ ਹੁੰਦੇ, ਪਰਵਾਜ਼ਾਂ ਪੂਰੀਆਂ ਕਰਦੇ ਨੇ। ਜਿਸ ਤਰ੍ਹਾਂ ਉੱਥੋਂ ਆਏ ਸੀ, ਕਿਆ ਬਾਤ, ਕਬੂਤਰ ਚੈੱਕ ਕਰੋ ਜੀ, ਐਵੇਂ ਦੇ ਕਬੂਤਰ ਪਹਿਲੇ ਨਹੀਂ ਵਿਖਾਏ ਗਏ। ਕਿੰਨੇ ਪਿਆਰੇ ਕਬੂਤਰ ਹੈ ਨੀ ਜੀ, ਕਿਸੇ ਕੋਲੇ ਦਿਖਾਉਣੇ ਕਿਸੇ ਨੇ ਕੀ? ਕਿਆ ਬਾਤ ਹੈ ਨਾ, ਉਹ ਬੰਦੇ ਹਾਂਜੀ, ਕਿਆ ਬਾਤ, ਬਹੁਤ ਲਾਜਵਾਬ ਆ ਜੀ ਆ ਪਰਿੰਦਾ ਵੀ। ਕਿਆ ਬਾਤ, ਹਾਂਜੀ ਹਾਂਜੀ, ਚੱਲੀਏ ਜੀ, ਉੱਥੇ ਜਾਣਾ ਵਾ ਮੰਡੀ 'ਚ ਸਮਾਨ ਅਕਰਮ ਪਾਤਸ਼ਾਹ ਦੇ ਵੀ ਫਿਰ ਬਸ ਹੋ ਗਈ। ਹਾਂਜੀ ਚੇੜਾ, ਮੈਂ ਚੇੜਾ ਸੀ ਨਹੀਂ ਜੀ, ਮੈਂ ਤਾਂ ਇੰਜੋਏ ਕਰਦਾ ਜੀ ਸ਼ੌਕ ਨੂੰ, ਗੱਲ ਸਹੀ ਪੁੱਛੋ ਤਾਂ ਮੈਂ ਸ਼ੌਕ ਨੂੰ ਇੰਜੋਏ ਕਰਦਾ ਜੀ। ਅੱਜ ਤਾਂ ਭਾਈ ਸ਼ੌਕ ਕਰਦੇ ਹਾਂ, ਸਾਨੂੰ ਐਵੇਂ ਦੇ ਪਰਿੰਦੇ ਵੇਖਣ ਨੂੰ ਲੱਭਣ ਤਾਂ ਕਿ ਅਸੀਂ ਐਵੇਂ ਦੇ ਕਬੂਤਰ ਬਣਾ ਸਕੀਏ। ਕਿਸੇ ਦਾ ਵੀ ਜੋੜ ਹੱਡੀ
ਛੋਟਾ ਨਹੀਂ, ਚਾਰ ਉਂਗਲਾਂ ਤੋਂ ਵੱਡੇ ਬਿਲਕੁਲ ਬੰਦ ਜੋੜਾਂ ਦੇ ਕਬੂਤਰ, ਔਰ ਕੁੰਦੇ ਜਿਹੜੇ ਹੈਗੇ ਨੇ ਜਿਹਨਾਂ ਗੋਸ਼ਤ ਹੈ ਹੀ ਨਹੀਂ, ਆਹ ਵੇਖੋ ਗੋਸ਼ਤ ਹੈ ਹੀ ਨਹੀਂ, ਔਰ ਦੁਮਾ ਵੇਖੋ ਬਿਲਕੁਲ ਇੰਝ ਜਿਵੇਂ ਇੱਕ ਹੋਣਾ ਚਾਹੀਦਾ ਕਬੂਤਰ, ਪੂਰਾ ਬੈਲੈਂਸ। ਇਹ ਪੁਰਾਣੇ ਕਬੂਤਰ ਨੇ, ਲਾਲ ਸਿਰਾ ਕਬੂਤਰ ਤੇ ਮਲਾ ਵੇਖ ਕਿਹੜਾ, ਉਹ ਜਿਹੜਾ ਟੀਕੇ ਵਾਲਾ ਚੈ, ਆਹ ਵੇਖੋ ਆਹ ਬੈਕ ਕਰ ਕੇ ਦੇਖ ਦੇ ਉੱਥੇ ਤੇ ਦੋ ਯਾਬਰ ਨਹੀਂ ਹੈ ਜੀ, ਲੋ ਜੀ ਮਾਸ਼ਾਅੱਲਾ ਜੀ, ਤੁਸੀਂ ਦੋਸਤਾਂ ਨੇ ਸ਼ੌਕ ਵੀ ਪਸੰਦ ਕੀਤਾ ਹੋਏਗਾ, ਅਗਰ ਜ਼ਿੰਦਗੀ ਨੇ ਵਫਾ ਕੀਤੀ ਤਾਂ ਐਵੇਂ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ। ਵਸਲਾਮ।